ਸ੍ਰੀਕਾਲ ਜੀ ਦੋਸਤੋ, ਸਵਾਗਤ ਆ ਤੁਹਾਡਾ ਪੇਂਡੂ ਜ਼ਿਮੀਂਦਾਰ ਫੇਸਬੁੱਕ ਪੇਜ ਅਤੇ ਯੂਟਿਊਬ ਚੈਨਲ ਦੀ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ। ਅੱਜ ਆਪਾਂ ਮੋਗੇ ਜ਼ਿਲ੍ਹੇ ਦੇ ਪਿੰਡ ਚੰਨੂਆਣੇ ਬੈਠੇ ਹਾਂ ਬਾਈ ਪ੍ਰਕਾਸ਼ ਦੇ ਫਾਰਮ 'ਤੇ, ਅਤੇ ਬਾਈ ਦੇ ਫਾਰਮ 'ਤੇ ਬਹੁਤ ਚੰਗਾ ਨੁਕਰਾ ਵਛੇਰਾ ਤਿਆਰ ਹੋਇਆ ਗਾ। ਬਾਈ ਨੇ ਘਰ ਹੀ ਬਰੀਡ ਕੀਤਾ, ਘਰ ਦੀ ਘੋੜੀ ਦਾ ਗਾ, ਕਿਹੜੀ ਬਲੱਡ ਲਾਈਨ ਆ, ਪਿੱਛੇ ਤੋਂ ਕਿੰਨਾ ਕੁ ਟਾਈਮ ਹੋ ਗਿਆ ਬਾਈ ਨੂੰ ਜਾਨਵਰ ਰੱਖਦੇ ਨੂੰ। ਅਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਵੀ ਬਾਈ ਬਾਰੇ, ਮੈਂ ਤੁਹਾਨੂੰ ਥੋੜ੍ਹਾ ਜਿਹਾ ਚਾਨਣਾ ਪਾ ਦਿਆਂ ਵੀ ਬਾਈ ਦਾ ਜਿਹੜਾ ਮੇਨ ਫੋਕਸ ਆ ਬਰੀਡ ਦੇ ਉੱਤੇ, ਵੀਰ ਹੁਣੀ ਕੰਮ ਕਰਦੇ ਆ ਅਤੇ ਬਰੀਡਿੰਗ ਬਹੁਤ ਚੰਗੀਆਂ ਚੰਗੀਆਂ ਘੋੜੀਆਂ ਲਿਆ ਕੇ ਇਹਨਾਂ ਨੇ ਸਵਾ ਕੇ ਅੱਗੇ ਚੰਗੇ ਰੇਟਾਂ 'ਤੇ, ਜਿਹਨੂੰ ਆਪਾਂ ਕਹਿ ਸਕਦੇ ਹਾਂ ਚੰਗੇ ਬਰੀਡਰਾਂ ਨੂੰ ਬੱਚੇ, ਪੰਜਾਬ ਦੇ ਕਹਿੰਦੇ ਕਹਾਉਂਦੇ ਬਰੀਡਰਾਂ ਨੂੰ ਬੱਚੇ ਇਹਨਾਂ ਨੇ ਸੇਲ ਕੀਤੇ ਆ। ਅਤੇ ਜਿਹੜੇ ਅੱਜ ਉਹਨਾਂ ਫਾਰਮਾਂ ਦਾ ਸ਼ਿੰਗਾਰ ਬਣੇ ਹੋਏ ਆ, ਜਿਨ੍ਹਾਂ ਦੇ ਵਿੱਚੋਂ ਇੱਕ ਆ ਬਾਈ ਮਿੰਟੂ ਰੋਡੇ ਜੀ, ਅਤੇ ਜਿਨ੍ਹਾਂ ਨੂੰ ਬਾਈ ਹੋਰਾਂ ਨੇ ਪਿੱਛੇ ਜਿਹੇ ਵਛੇਰਾ ਸੇਲ ਕੀਤਾ ਸੀਗਾ। ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਸਾਂਝੀ ਕਰਾਂਗੇ ਅਤੇ ਫਾਰਮ ਦੇ ਤੁਹਾਨੂੰ ਦੂਜੇ ਜਾਨਵਰ ਵੀ ਦਿਖਾਵਾਂਗੇ ਅਤੇ ਸਾਰੀ ਗੱਲਬਾਤ ਵਛੇਰੇ ਬਾਰੇ ਵੀ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਬਾਈ ਪ੍ਰਕਾਸ਼ ਦਾ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇਅੰਤ ਵੀਰੇ, ਤੁਹਾਡਾ ਵੀ ਬਾਈ ਸਵਾਗਤ ਕੀਤਾ ਜਾਂਦਾ, ਬੇਅੰਤ ਮਾਨ ਦਾ ਅਤੇ ਪੇਂਡੂ ਜ਼ਿਮੀਂਦਾਰ ਚੈਨਲ ਦਾ ਬਹੁਤ ਬਹੁਤ ਬਾਈ ਸਵਾਗਤ ਸਾਡੇ ਘਰ ਆਉਣ 'ਤੇ। ਧੰਨਵਾਦ ਬਾਈ ਜੀ। ਪ੍ਰਕਾਸ਼ ਬਾਈ, ਇਹ ਜਿਵੇਂ ਆਪਾਂ ਉੱਥੇ ਆਪਣੇ ਛੇਵੇਂ ਪਾਤਸ਼ਾਹ ਜੀ ਦਾ ਗੁਰੂ ਘਰ ਬਣਿਆ ਹੋਇਆ ਪਿੰਡ ਦੇ ਬਾਹਰ ਬਾਹਰ, ਹੈ ਨਾ? ਹਾਂਜੀ। ਉੱਥੇ ਬਾਈ ਕੀ ਮਾਨਤਾ ਜਾਂ ਕੋਈ ਇਹਦੀ ਇਤਿਹਾਸਿਕ ਸਥਾਨ ਜਿਹੜਾ ਬਣਿਆ ਹੋਇਆ ਉਹਦੇ ਪਿੱਛੇ ਤੋਂ ਕੀ ਇਤਿਹਾਸ ਬਾਰੇ ਦੱਸੋ ਸਾਨੂੰ ਬਾਈ, ਜਿੱਥੇ ਆਪਾਂ ਅੱਜ ਪਹਿਲਾਂ ਘੋੜੇ ਨੂੰ ਲੈ ਕੇ ਗਏ ਹਾਂ ਮੱਥਾ ਟਿਕਾ ਕੇ ਲਿਆਂਦਾ ਜਿੱਥੇ। ਉੱਥੇ ਨਾ ਬੇਅੰਤ ਬਾਈ, ਛੇਵੇਂ ਪਾਤਸ਼ਾਹ ਜੀ ਨੇ ਸਾਡੇ ਵਣ 'ਤੇ ਜਿੱਥੇ ਆਪਾਂ ਵੀਡੀਓ ਬਣਾਈ ਹੈ, ਉਸ ਵਣ ਨਾਲ ਛੇਵੇਂ ਪਾਤਸ਼ਾਹ ਜੀ ਨੇ ਪੁਰਾਣੇ ਟਾਈਮਾਂ 'ਚ ਘੋੜਾ ਬੰਨਿਆ ਸੀਗਾ ਜੀ। ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਅਤੇ ਉਦੋਂ ਅਸੀਂ ਸੁਣਨ ਨੂੰ ਸਾਨੂੰ ਮਿਲਦਾ ਹੁੰਦਾ ਸੀ ਵੀ ਕਹਿੰਦੇ ਸੀ ਉੱਥੇ ਘੋੜੇ ਦੀ ਪੈੜ ਆ, ਅਤੇ ਸਾਨੂੰ ਘਰ ਦੇ ਮੱਥਾ ਟੇਕਣ ਨੂੰ ਵੀ ਕਹਿੰਦੇ ਸੀ ਵੀ ਉੱਥੇ ਘੋੜੇ ਦੀ ਪੈੜ ਆ, ਤੁਸੀਂ ਮੱਥਾ ਟੇਕੋ। ਅਤੇ ਹੁਣ ਵੀ ਅਸੀਂ ਬਾਈ ਮੰਨ ਲਓ ਗੱਲ ਵੀ ਜੇ ਕੋਈ ਮੰਨ ਲਓ ਗੱਲ ਵੀ ਡਿੱਕਾ ਫੜਿੱਕਾ ਪੈਂਦਾ ਤਾਂ ਉੱਥੇ ਜਾ ਕੇ ਨੱਕ ਰਗੜਦੇ ਹਾਂ ਅਤੇ ਬਹੁਤ ਕੁਛ ਮਿਲਦਾ ਸਾਨੂੰ। ਅਤੇ ਮੈਂ ਚਾਹੁੰਦਾ ਸੀ ਵੀ ਛੇਵੇਂ ਪਾਤਸ਼ਾਹ ਨੇ ਸਾਡੇ ਘੋੜਾ ਬੰਨਿਆ, ਹੈ ਨਾ, ਵੀ ਸਾਡਾ ਨਗਰ ਤਾਂ ਭਾਗਾਂ ਵਾਲਾ, ਵੀ ਮੰਨ ਲਓ ਵੀ ਉੱਥੇ ਜਿੱਥੇ ਆਪਾਂ ਅੱਜ ਪਹਿਲੇ ਦਿਨ ਘੋੜੇ ਦੀ ਵੀਡੀਓ ਬਣਾਉਣ ਲੱਗੇ ਹਾਂ, ਪਹਿਲੇ ਦਿਨ ਆਪਾਂ ਲੋਕਾਂ 'ਚ ਘੋੜਾ ਦਿਖਾਉਣ ਲੱਗੇ ਹਾਂ, ਮੈਂ ਚਾਹੁੰਦਾ ਸੀ ਵੀ ਆਪਾਂ ਓਟ ਆਸਰਾ ਮਹਾਰਾਜ ਦਾ ਲੈ ਕੇ ਅਤੇ ਮੰਨ ਲਓ ਫਿਰ ਇਹ ਸ਼ੁਰੂਆਤ ਕਰੀਏ। ਇਹ ਵੈਸੇ ਬਾਈ ਤੁਹਾਡੀ ਗੱਲ, ਇਹ ਬਹੁਤ ਚੰਗੀ ਸੋਚ ਆ ਤੁਹਾਡੀ, ਨਹੀਂ ਆਮ ਬੰਦੇ ਇੰਨਾ ਡੰਘਾਈ 'ਚ ਨਹੀਂ ਜਾਂਦੇ। ਨਹੀਂ ਬੇਅੰਤ ਬਾਈ, ਕਿਉਂਕਿ ਜੇ ਆਪਾਂ ਪਿਛੋਕੜ ਭੁੱਲਦੇ ਹਾਂ, ਹੈ ਨਾ, ਹਾਂ, ਜੇ ਆਪਾਂ ਵੱਡਿਆਂ ਦਾ ਆਦਰ ਸਤਿਕਾਰ ਭੁੱਲਦੇ ਹਾਂ ਅਤੇ ਫਿਰ ਬਾਈ ਮੰਨ ਲਓ ਗੱਲ ਵੀ ਉਹ ਆਪਣਾ ਵੀ ਇਹ ਦੁਨੀਆ ਗੋਲ ਆ, ਸਤਿਕਾਰ ਆਪਣਾ ਫਿਰ ਹੀ ਬਣਨਾ ਜੇ ਆਪਾਂ ਕਰਦੇ ਹਾਂ ਵੱਡਿਆਂ ਦਾ। ਹਾਂਜੀ। ਬਾਕੀ ਬਾਈ ਇਸ ਗੱਲ ਨਾਲ ਮੈਨੂੰ ਵੀ ਬੜੀ ਖੁਸ਼ੀ ਹੋਈ, ਜੇ ਤੁਸੀਂ ਦੱਸਿਆ ਤਾਂ ਮੈਨੂੰ ਵੀ ਪਤਾ ਲੱਗਿਆ, ਅਸੀਂ ਵੀ ਉੱਥੇ ਦਰਸ਼ਨ ਕਰਿਆ ਹੈ ਨਾ। ਹਾਂਜੀ। ਨਹੀਂ ਬਾਈ, ਦੂਰੋਂ ਦੂਰੋਂ ਬੰਦੇ ਮੰਨ ਲਓ ਗੱਲ, ਸਾਡੇ ਰਿਸ਼ਤੇਦਾਰ ਵੀ, ਹੁਣ ਸਾਡੇ ਰਿਸ਼ਤੇਦਾਰ ਸਾਡੇ ਘਰੇ ਨਹੀਂ ਆਉਂਦੇ, ਇੱਕ ਦੋ ਰਿਸ਼ਤੇਦਾਰ ਆ ਸਾਡੇ, ਪਰ ਉੱਥੇ ਮੰਨ ਲਓ ਸੁੱਖਾਂ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਜਦੋਂ ਬਾਹਰੋਂ ਆਉਂਦੇ ਉੱਥੇ ਹੋ ਕੇ ਜਾਂਦੇ। ਹਾਂਜੀ ਠੀਕ ਹੈ ਬਾਈ। ਸਭ ਤੋਂ ਪਹਿਲਾਂ ਤਾਂ ਨਾ ਆਪਣੇ ਪਿੰਡ ਦੀ ਇਹ ਲੋਕੇਸ਼ਨ ਦੱਸੋ, ਪ੍ਰੋਪਰ ਐਡਰੈਸ ਪਤਾ ਦੱਸੋ ਆਪਣੇ ਫਾਰਮ ਦਾ, ਕਿੱਥੇ ਜੇ ਬੈਠੇ ਹਾਂ ਆਪਾਂ। ਹਾਂਜੀ ਬਾਈ, ਇਹ ਨਾ ਵੀਰੇ ਬਾਘਾ ਪੁਰਾਣਾ ਭਗਤਾ ਭਾਈ ਕੇ ਰੋਡ ਆ, ਅਤੇ ਮੋਗੇ ਤੋਂ ਹੈਗਾ 30 ਕਿਲੋਮੀਟਰ ਅਤੇ ਭਗਤੇ ਤੋਂ ਹੈਗਾ 18 ਕਿਲੋਮੀਟਰ ਮੇਰਾ ਪਿੰਡ। ਅੱਛਾ ਬਾਈ। ਬਾਘੇ ਪੁਰਾਣੇ ਤੋਂ 5-6 ਕਿਲੋਮੀਟਰ ਆ ਜੀ, ਅਤੇ ਬਾਘਾ ਪੁਰਾਣਾ ਭਗਤਾ ਭਾਈ ਕੇ ਰੋਡ ਦੇ ਉੱਤੇ ਹੀ ਮੇਰਾ ਘਰ ਆ ਜੀ, ਤਕਰੀਬਨ ਬੱਸ ਅੱਡੇ ਦੇ ਵਿੱਚ। ਹਾਂਜੀ, ਇੱਥੇ ਹੀ ਘਰ ਆ ਡੈਡੀ ਦਾ ਮੇਰੇ ਦਾ ਜੀ, ਮੰਨ ਲਓ ਗੱਲ ਪਹਿਲਾਂ ਮੈਂ ਦਾਦਾ ਜੀ ਦਾ ਨਾਂ ਲਊਂਗਾ, ਮੇਰੇ ਦਾਦਾ ਜੀ ਹੁਣੀ ਦੋ ਭਰਾ ਸੀਗੇ ਜੀ, ਇੱਕ ਦਾ ਨਾਂ ਸੀ ਕਰਮ ਸਿੰਘ ਜੀ, ਮੇਰੇ ਦਾਦਾ ਜੀ ਦੇ ਭਰਾ ਦਾ ਨਾਂ ਸੀਗਾ ਜੋਰਾ ਸਿੰਘ, ਅਤੇ ਗਾਂ ਮੰਨ ਲਓ ਮੇਰੇ ਦਾਦਾ ਜੀ ਦੇ ਵੀ 3 ਬੇਟੇ ਸੀ ਮੇਰੇ ਡੈਡੀ ਹੁਣੀ। ਠੀਕ ਹੈ ਬਾਈ। ਅਤੇ ਦਾਦਾ ਜੀ ਦੇ ਜਿਹੜੇ ਭਰਾ ਸੀ ਉਹਨਾਂ ਦੇ ਵੀ 3 ਬੇਟੇ ਸੀ। ਅੱਛਾ। ਅਤੇ ਮੇਰੇ ਦਾਦਾ ਜੀ ਸੀ ਵੱਡੇ ਸੀਗੇ ਜੀ, ਦਾਦਾ ਜੀ ਦੇ ਬੇਟੇ ਤਾਇਆ ਜੀ ਨਛੱਤਰ ਸਿੰਘ, ਉਦੋਂ ਛੋਟੇ ਸੀ ਮੇਰੇ ਪਾਪਾ ਜੀ ਮੰਦਰ ਸਿੰਘ ਜੀ। ਹਾਂਜੀ। ਅਤੇ ਛੋਟੇ ਸੀਗੇ ਜੀ, ਛੋਟੇ ਹੈਗੇ ਆ ਹੁਣ ਵੀ NRI ਮੰਨ ਲਓ ਗੱਲ ਵੀ ਕੈਨੇਡਾ 'ਚ ਆਈ। ਹਾਂਜੀ। ਉਹ ਬਲਵਿੰਦਰ ਸਿੰਘ ਜੀ। ਠੀਕ ਹੈ ਬਾਈ। ਅਤੇ ਜਿਹੜਾ ਦੂਜੇ ਦਾਦੇ ਦੇ ਭਰਾ ਦਾ ਪਰਿਵਾਰ ਆ ਜੀ, ਉਹਨਾਂ 'ਚੋਂ ਵੀ ਮੰਨ ਲਓ ਗੱਲ ਵੀ ਜਿਹੜੇ ਵੱਡੇ ਸੀ ਅਮਰਜੀਤ ਮੰਨ ਲਓ ਸੀਗੇ ਚਾਚਾ ਜੀ ਸਾਡੇ, ਅਤੇ ਉਦੋਂ ਛੋਟੇ ਸੀਗੇ ਜੀ ਲਾਛਮਣ ਸਿੰਘ, ਹੈਗੇ ਆ ਹੁਣ ਵੀ ਕੈਨੇਡਾ 'ਚ ਮੰਨ ਲਓ ਗੱਲ ਵੀ ਠੀਕ ਠਾਕ ਕੰਮ ਕਾਰ ਬਹੁਤ ਵਧੀਆ। ਠੀਕ ਹੈ ਬਾਈ। ਅਤੇ ਉਦੋਂ ਛੋਟੇ ਗੁਰਭਜਨ ਸਿੰਘ ਸੀਗੇ ਜੀ। ਠੀਕ ਹੈ ਬਾਈ। ਅਤੇ ਉਸ ਫੈਮਿਲੀ 'ਚੋਂ ਜੀ ਮੈਂ ਉਹਨਾਂ ਦਾ ਬੇਟਾ ਜੀ। ਅਤੇ ਬਾਈ ਫਿਰ ਚਾਚੇ ਤਾਇਆਂ ਦੇ ਬੇਟਿਆਂ 'ਚੋਂ ਅਤੇ ਇਹ ਕੰਮ ਘੋੜਿਆਂ ਵਾਲਾ ਜਾਂ ਸ਼ੌਂਕ ਕਹਿ ਲਓ ਇਹ ਤੁਹਾਡੇ ਹਿੱਸੇ ਆ ਗਿਆ, ਹੈ ਨਾ, ਜਿਵੇਂ ਆਪਣਾ ਪਰਿਵਾਰ ਆਪਣਾ ਵੱਡਾ ਸੀ। ਹਾਂਜੀ। ਇਹ ਬਾਈ ਮਤਲਬ ਦੀ ਗੱਲ ਹੁੰਦੀ ਆ ਦੇਖ ਲਓ ਇਹ। ਹਾਂਜੀ, ਪਹਿਲਾਂ ਵੀ ਮੰਮੀ ਹੁਣੀ ਦੱਸਦੀਆਂ
ਵੀ ਪਹਿਲਾਂ ਜਦੋਂ ਮੇਰੇ ਬਾਪੂ ਹੋਣਾ ਕੋਲੇ ਸੀਗਾ ਨਾ ਸਾਰਾ ਕੰਮ ਤੇ ਉਦੋਂ ਵੀ ਸਾਡੇ ਘਰੇ ਘੋੜੀਆਂ ਹੁੰਦੀਆਂ ਹੀ ਸੀ। ਠੀਕ ਹੈ ਬਾਈ। ਉਦੋਂ ਦੱਸਦੇ ਮੰਮੀ ਹੁਣੀ ਦੱਸਦੇ ਵੀ ਕੁੱਤਿਆਂ ਦਾ ਅਤੇ ਘੋੜੀਆਂ ਦਾ ਮੇਰੇ ਦਾਦੇ ਨੂੰ ਬਹੁਤ ਸ਼ੌਂਕ ਸੀ। ਗਾਂਹ ਪਾਪੇ ਹੁਣਾਂ ਨੇ ਮਿਹਨਤ ਹੀ ਕੀਤੀ ਹੈ, ਪਾਪੇ ਹੁਣਾਂ ਨੇ ਬਹੁਤਾ ਇਹ ਸ਼ੌਂਕ ਨਹੀਂ ਹੰਢਾਏ, ਉਹਨਾਂ ਨੇ ਮਿਹਨਤ ਕੀਤੀ ਹੈ ਜੀ। ਅਤੇ ਮੰਨ ਲਓ ਗੱਲ ਉਦੋਂ ਗਾਂਹ ਫਿਰ ਸ਼ੌਂਕ ਆਪਣੇ ਜਾ ਗਿਆ ਜੀ। ਠੀਕ ਹੈ ਬਾਈ। ਅਸੀਂ ਨਾ ਬਾਈ ਮੰਨ ਲਓ ਗੱਲ ਵੀ 1994-95 'ਚ ਮੇਰੇ ਬਾਪੂ ਨੇ ਘੋੜੀ ਲੈ ਲਈ ਸੀ। ਇਹ ਸਾਡੇ ਪਰਜਾਪਤਾ ਦਾ ਮੁੰਡਾ ਹੈ ਰੇਲੂ, ਇਹਦੇ ਦਾਦੇ ਦਾ ਨਾਂ ਸੀਗਾ। ਠੀਕ ਹੈ। ਇਹ ਚੰਗੇ ਮੰਨ ਲਓ ਗੱਲ ਵੀ ਮੰਨ ਲਓ ਦਾਦਿਆਂ ਵਾਲਿਆਂ ਦਾਦਿਆਂ ਵਾਲੀਆਂ ਅਤੇ ਘੁਮਿਆਰਾਂ ਵਾਲੀਆਂ ਘੋੜੀਆਂ ਨਹੀਂ ਲਿਆਉਂਦੀਆਂ ਇਹਨਾਂ ਨੇ। ਠੀਕ ਹੈ ਬਾਈ। ਇਹਨਾਂ ਨੇ ਇਹਦੇ ਦਾਦੇ ਨੇ ਬਹੁਤ ਚੰਗੀ ਚੰਗੀ ਘੋੜੀ ਲਿਆਂਦੀ ਹੈ। ਅਸੀਂ ਸਕੂਲ ਪੜ੍ਹਦੇ ਹੁੰਦੇ ਸੀ। ਅੱਛਾ। ਅਤੇ ਅਸੀਂ ਸਕੂਲ ਸੀ ਸਾਡਾ ਛੱਪੜ ਦੇ ਨਾਲ, ਅਤੇ ਇਹਦੇ ਚਾਚੇ ਨੇ ਜਾਂ ਇਹਦੇ ਪਾਪੇ ਨੇ ਸਕੂਲ 'ਚ ਘੋੜੀਆਂ ਦੂਜਾ ਛੱਪੜ 'ਚ ਘੋੜੀਆਂ ਵਾੜ ਕੇ ਨਵਾਉਣੀਆਂ। ਠੀਕ ਹੈ। ਅਤੇ ਸਾਡੀ ਅੱਖ ਵਿੱਚ ਹੁੰਦੀ ਸੀ ਵੀ ਸਾਡਾ ਪਰਮਾਤਮਾ ਸ਼ੌਂਕ ਕਦੋਂ ਪੂਰਾ ਕਰੂਗਾ। ਬਿਲਕੁਲ ਬਾਈ। ਆਪਣਾ ਘਰ ਹੋਰ ਪਾਸੇ ਸੀ ਬੇਅੰਤ, ਕਈ ਵਾਰੀ ਇਹਨਾਂ ਦੀ ਉੱਥੇ ਘੋੜੀਆਂ ਵਾਲੀ ਬਾਰੀ ਰੱਖੀ ਵੀ ਸੀ ਜਿੱਥੇ ਘੋੜੀਆਂ ਮੰਨ ਲਾ ਇਹਨਾਂ ਦੀਆਂ ਵਾਹੀਦੀਆਂ ਸੀ। ਕਈ ਵਾਰੀ ਮੰਨ ਲਓ ਗੱਲ ਵੀ ਬਗੈਰ ਗੱਲ ਤੋਂ ਹੀ ਇਹਨਾਂ ਦੀ ਗਲੀ ਪੈ ਕੇ ਅਤੇ ਇਹਨਾਂ ਦੀ ਬਾਰੀ 'ਚ ਆ ਕੇ ਐਂ ਦੇਖ ਕੇ ਘੋੜੀਆਂ 'ਤੇ ਫਿਰ ਘਰ ਨੂੰ ਜਾਣਾ। ਅੱਛਾ। ਇੰਨਾ ਕੁ ਮਨ 'ਚ ਜਨੂੰਨ ਬਣ ਗਿਆ ਸੀ ਅਤੇ ਬਣਿਆ ਉਦੋਂ ਹੀ ਆ ਵੀ ਮੇਰੇ ਪਾਪੇ ਨੇ ਘੋੜੀ ਇਹਦੇ ਦਾਦੇ ਤੋਂ ਲਈ ਸੀ 94-95 'ਚ। ਅੱਛਾ। ਉਹ ਸਾਲ ਕਰਾ ਕੇ ਵੇਚਤੀ ਸੀ ਅਤੇ ਫਿਰ ਉਦੋਂ ਬਾਅਦ ਬਈ 2001 'ਚ ਮੇਰੇ ਪਾਪੇ ਨੇ ਦਿਵਾਲੀ ਮੰਡੀ ਤੋਂ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਤੋਂ ਘੋੜੀ ਲਿਆਂਦੀ ਦਿਵਾਲੀ ਮੰਡੀ ਤੋਂ। ਫਿਰ ਉਦੋਂ ਬਾਅਦ ਬਈ 2001 'ਚ ਪਹਿਲੀ ਵਾਰੀ ਮੁਕਤਸਰ ਗਿਆ ਮੈਂ। ਠੀਕ ਹੈ ਬਾਈ। ਉਦੋਂ ਬਾਅਦ ਫਿਰ ਗੈਪ ਨਹੀਂ ਪਿਆ ਬਈ। ਅੱਛਾ। ਹਾਂ, ਉਦੋਂ ਬਾਅਦ ਕੀ ਕਹਿਣਾ ਮਾੜਾ ਮੋਟਾ ਕਿਤੇ ਗੈਪ ਪੈ ਗਿਆ, ਹਰ ਮੰਡੀ ਗਏ ਹਾਂ ਅਤੇ ਬਹੁਤਾ ਸੇਲ ਪਰਚੇਜ ਦਾ ਕੰਮ ਨਹੀਂ ਕੀਤਾ। ਸ਼ੌਂਕ ਨਾਲ ਜਾਨਵਰ ਪਾਲਣੇ ਹੀ ਸਿੱਖੇ ਆ ਅਤੇ ਸਹੀ ਮੈਨੇ ਪਾਲਣੇ ਹੀ ਸਿੱਖੇ ਆ ਅਤੇ ਪਾਲਣੇ ਹੀ ਸਿੱਖ ਰਹੇ ਹਾਂ। ਬਹੁਤਾ ਕੋਈ ਵੇਚਣ ਲੈਣ ਦਾ ਕੰਮ ਨਾ ਤਾਂ ਸਿੱਖ ਹੀ ਰਹੇ ਹਾਂ ਅਤੇ ਨਾ ਹੀ ਬਈ ਆਪਾਂ ਨੂੰ ਮੰਨ ਲਓ ਗੱਲ ਆਇਆ ਵੀ ਆਪਾਂ ਆਹ ਜਾਨਵਰ ਐਂ ਠੱਗੀ ਮਾਰ ਲਈਏ, ਆਹ ਜਾਨਵਰ ਆਪਾਂ ਐਂ ਵੇਚ ਲਈਏ। ਇਹ ਕੰਮ ਆਪਾਂ ਨੂੰ ਬਈ ਮੰਨ ਲਓ ਗੱਲ ਵੀ ਆਪਾਂ ਕੋਸ਼ਿਸ਼ ਹੀ ਨਹੀਂ ਕੀਤੀ। ਠੀਕ ਹੈ ਬਾਈ। ਅਤੇ ਵਧੀਆ ਘਰੋਂ ਬਾਬੇ ਦੀ ਕਿਰਪਾ ਨਾਲ ਕਿਰਪਾ, ਸਾਰੇ ਬਾਬੇ ਦੀ ਕਿਰਪਾ ਵੀ ਆਪਾਂ ਵਧੀਆ ਪਰਿਵਾਰ 'ਚੋਂ ਹਾਂ। ਘੋੜੀਆਂ ਦੀ ਆਪਾਂ ਹੁਣ ਤੱਕ ਕਮਾਈ ਨਹੀਂ ਖਾਧੀ ਅਤੇ ਪਾਲਣਾ ਹੀ ਸਿੱਖੇ ਹਾਂ ਵੀ ਮੰਨ ਲਓ ਗੱਲ ਵੀ ਘੋੜੀ ਸਾਂਭੀ ਦੀ ਕਿਵੇਂ ਹੁੰਦੀ ਹੈ। ਹਾਂਜੀ। ਸ਼ੌਂਕ ਅਤੇ ਜਨੂੰਨ ਜਬ ਰੱਖਿਆ ਤੁਸੀਂ। ਠੀਕ ਹੈ ਬਾਈ। ਅਤੇ ਜਿਵੇਂ ਬਾਈ ਜਿਹੜੇ ਆਪਣੇ ਨਾਲ ਚਾਰ ਭਰਾ ਹੁਣ ਬੈਠੇ ਵੀ ਸਾਰੇ ਆਪਾਂ ਘੋੜਿਆਂ ਦਾ ਕਰਕੇ ਹੀ ਇਕੱਠੇ ਹੋਏ ਹਾਂ। ਹਾਂਜੀ, ਇਹ ਘੋੜਿਆਂ ਦਾ ਕਰਕੇ ਹੋਏ ਹਾਂ। ਨਾਲ ਬਾਈ ਹੈਪੀ ਬੈਠਾ ਆਪਣੇ। ਇਹ ਬਾਈ ਫਰੈਂਡ ਤਾਂ ਬਣਿਆ ਸੀ ਮੇਰਾ 2009 'ਚ ਇਹ ਘੋੜਿਆਂ ਕਰਕੇ। ਠੀਕ ਹੈ। ਉਦੋਂ ਬਾਅਦ ਮੈਂ ਇਹਨੂੰ ਰਿਸ਼ਤਾ ਕਰਵਾਤਾ ਮਾਮੇ ਦੇ ਬੇਟੇ ਦੀ ਸਾਲੀ ਦਾ। ਹਾਂ। ਅਤੇ ਫਿਰ ਰਿਸ਼ਤੇਦਾਰੀ ਪੈ ਗਈ, ਫਿਰ ਰਿਸ਼ਤੇਦਾਰੀ ਤੋਂ ਹੁਣ ਮੰਨ ਲਓ ਇਹ ਆਪਦੇ ਸਹੁਰੀ ਤੋਂ ਪਤਾ ਨਹੀਂ ਕਿੰਨਾ ਕੁ ਜਾਂਦਾ ਅਤੇ ਮੇਰੇ ਕੋਲ ਇਹ ਮਾੜਾ ਜਿਹਾ ਫੋਨ ਮਾਰੇ ਤੋਂ ਅਤੇ ਜਾਂ ਜਦੋਂ ਮੈਨੂੰ ਇਹ ਫੋਨ ਮਾਰਦਾ ਅਸੀਂ ਇੱਕ ਦੂਜੇ ਕੋਲ ਵੀ ਜਦੋਂ ਵੀ ਮੰਨ ਲਓ ਟਾਈਮ ਕੱਢ ਕੇ ਜਾ ਸਕਦੇ ਉਦੋਂ ਹੀ ਜਾਂਦੇ ਅਤੇ ਫਿਰ ਦੇਖ ਲਾ ਬਾਈ ਇਹ ਰਿਸ਼ਤੇਦਾਰੀ ਵੀ ਘੋੜੀਆਂ ਕਰਕੇ ਹੀ ਪਈ ਆ। ਬਿਲਕੁਲ ਬਾਈ, ਬਿਲਕੁਲ। ਠੀਕ ਹੈ। ਨਾਲ ਆਪਣਾ ਇਹ ਪੁੱਤਰ ਭਾਣਜਾ ਜੀ। ਠੀਕ ਹੈ। ਹਾਂ, ਭੈਣ ਮੇਰੀ ਮਧੇ ਕੇ ਅਤੇ ਭਾਣਜਾ ਜੀ ਛੋਟਾ। ਠੀਕ ਹੈ। ਨਾਲ ਉੱਧਰ ਆਪਣੇ ਬੂਟਾ ਬੈਠਾ, ਨਾਲ ਆਪਣਾ ਬੂਟਾ, ਘੋੜੇ ਸਾਂਭਣ ਵਾਲਾ ਬੰਦਾ ਜੀ। ਸਹੀ ਘੋੜੇ ਮੰਨ ਲਓ ਗੱਲ ਵੀ ਇਹਨਾਂ ਦੀ ਹੈ ਜਿਹੜੇ ਬੰਦੇ ਸਾਂਭਦੇ ਆ, ਹੈ ਨਾ। ਸਹੀ ਮੰਨ ਲਓ ਮਾਲਕ ਇਹ ਆ ਘੋੜਿਆਂ ਦੇ। ਠੀਕ ਹੈ। ਅਤੇ ਪ੍ਰਕਾਸ਼ ਬਾਈ ਹੁਣ ਆਪਾਂ ਗੱਲਬਾਤ ਕਰਦੇ ਹਾਂ ਆਪਣੇ ਨੁਕਰੇ ਬਛੇਰੇ ਦੀ। ਹਾਂਜੀ। ਕੀ ਨਾਂ ਕੀ ਰੱਖਿਆ ਬਾਈ ਇਹਦਾ? ਨਾਂ ਇਹਦਾ ਵੀਰੇ ਗੋਲਡਨ ਹੱਟ ਰੱਖਿਆ ਜੀ। ਨਾਂ ਬਾਈ ਬੜਾ ਵੱਖਰਾ ਜਿਹਾ ਰੱਖਿਆ, ਇਹ ਕਿੱਥੋਂ? ਇਹ ਨਾਂ ਬਾਈ ਅਸੀਂ ਇਹ ਨਾਂ ਨਾ ਵੀਰੇ ਕਿਸਾਨੀ ਅੰਦੋਲਨ ਦੇ ਵਿੱਚ ਰਾਣਾ ਬਾਈ ਆ ਜਿਹੜਾ ਹੋਟਲ ਵਾਲਾ ਗੋਲਡਨ ਹੱਟ ਹੋਟਲ ਆ ਦਿੱਲੀ 'ਚ, ਉਹਨਾਂ ਨੇ ਆਪਣੀ ਕਿਸਾਨਾਂ ਦੀ ਬਹੁਤ ਉੱਥੇ ਹੈਲਪ ਕੀਤੀ। ਹਾਂਜੀ। ਅਸੀਂ ਵੀ ਉੱਥੇ ਜਾਂਦੇ ਆਉਂਦੇ ਰਹੇ। ਠੀਕ ਹੈ ਬਾਈ। ਅਤੇ ਉਹ ਰਾਣੇ ਬਾਈ ਨਾਲ ਪਿਆਰ ਹੀ ਇੰਨਾ ਬਣ ਗਿਆ ਵੀ ਮਨ 'ਚ ਸੀਗਾ ਵੀ ਆਪਾਂ ਰਾਣੇ ਬਾਈ ਦਾ ਜਿਹੜਾ ਹੈਗਾ ਵੀ ਨਾਂ ਆਪਦੇ ਬੁੱਲਾਂ 'ਤੇ ਰੱਖੀਏ ਸਤਿਕਾਰ ਦੇਣ ਵਾਸਤੇ। ਹਾਂਜੀ, ਸਤਿਕਾਰ ਦੇਣ ਵਾਸਤੇ। ਫਿਰ ਆਪਾਂ ਨਾਂ ਗੋਲਡਨ ਹੱਟ ਵਛੇਰੇ ਦਾ ਰੱਖਤਾ, ਉਹਨਾਂ ਦੇ ਹੋਟਲ ਦਾ ਨਾਂ ਸੀ ਅਤੇ ਆਪਾਂ ਵਛੇਰੇ ਦਾ ਗੋਲਡਨ ਹੱਟ ਰੱਖਤਾ ਜੀ। ਅਤੇ ਕਿੰਨੀ ਉਮਰ ਕਿੰਨੀ ਹੋ ਗਈ ਬਾਈ ਪ੍ਰਕਾਸ਼ ਆਪਣੇ ਘਰ ਦਾ ਹੀ ਆ ਬੱਚਾ? ਇਹ ਘਰ ਦਾ ਜੀ, ਆਪਣੇ ਘਰ ਦਾ ਹੀ ਹੈ ਜੀ। ਅਤੇ ਬੱਚਾ ਇਹ ਹੈਗਾ ਜੈਵੀਰ ਘੋੜੇ ਦਾ ਜੀ। ਅੱਛਾ। ਆਪਾਂ ਰਣਜੀਤ ਅੰਕਲ ਜੀ ਆ ਚੈਨੇ ਤੋਂ। ਹਾਂਜੀ। ਬਹੁਤ ਨਾਈਸ ਬੰਦੇ ਆ, ਉਹਨਾਂ ਤੋਂ ਘੋੜੀ ਬਰੀਡ ਕਰਾਈ ਸੀ, ਉਦੋਂ ਘੋੜੀ ਮਿਲਾਈ ਸੀ। ਠੀਕ ਹੈ ਬਾਈ। ਅਤੇ ਇਹ ਘੋੜੀ ਮੰਨ ਲਓ ਗੱਲ ਵੀ ਜਿਹੜਾ ਹੈਗਾ ਆਪਣੇ ਘਰ ਹੀ ਸੂਈ ਆ, ਹੱਥੀਂ ਅਸੀਂ ਮਿਲਾਈ ਸੀ। ਅਤੇ ਇਹ ਬਾਈ ਹੁਣ 2 ਦੰਦ ਲੱਗਾ ਜੀ, 32 ਕੁ ਮਹੀਨੇ ਉਮਰ ਹੈ ਇਹਦੀ। ਠੀਕ ਹੈ ਬਾਈ। ਅਤੇ 2 ਦੰਦ ਲੱਗਾ ਜੀ, ਬਹੁਤ ਸੋਹਣੀ ਮੰਨ ਲਓ ਗੱਲ ਵੀ ਜਿੰਨੀ ਆਸ ਉਮੀਦ ਸੀਗੀ ਉਦੋਂ ਵੀ ਚੰਗਾ ਬਣਿਆ ਬਾਈ। ਠੀਕ ਹੈ ਬਾਈ। ਆਸ ਉਮੀਦ ਤੋਂ ਚੰਗਾ ਮੰਨ ਲਓ ਗੱਲ ਵੀ ਸਾਰੀ ਗੱਲ ਦੇ ਵਿੱਚ ਵਾਹਿਗੁਰੂ ਨੇ ਇਹਨੂੰ ਰੱਜ ਕੇ ਰੂਪ ਦਿੱਤਾ ਜੀ। ਠੀਕ ਹੈ ਬਾਈ। ਅਤੇ ਇਕੱਲਾ ਰੂਪ ਵੀ ਬਾਈ ਕੰਮ ਨਹੀਂ ਆਉਂਦਾ ਜੇ ਕੱਦ ਨਾ ਹੋਵੇ।
ਘੋੜੇ ਦੇ ਵਿੱਚ ਕੁੱਲ ਗੱਲ ਹੀ ਚੰਗੀ ਚਾਹੀਦੀ ਹੈ, ਨਾ ਤਾਂ ਮੰਨ ਲਓ ਗੱਲ ਵੀ ਉਹਦਾ ਕੰਨ ਮਾੜਾ ਚੱਲਦਾ ਜੀ ਹੁਣ ਕੰਪੀਟੀਸ਼ਨ ਦਾ ਜ਼ਮਾਨਾ ਜੀ, ਬਿਲਕੁਲ ਬਾਈ, ਅਤੇ ਨਾ ਹੀ ਬਾਈ ਜੀ ਕੋਈ ਮੰਨ ਲਓ ਗੱਲ ਵੀ ਸ਼ਿਵਕੇ ਵਾਲੀ ਪ੍ਰੋਬਲਮ ਆ ਜਿਹੜੀ, ਜਾਂ ਕੋਈ ਭੌਰੀਆਂ ਵਾਲੀ ਪ੍ਰੋਬਲਮ ਆ, ਹਾਂਜੀ, ਜਾਂ ਕੋਈ ਹਾਈਟ ਵਾਲੀ ਲੰਬਾਈ ਵਾਲੀ ਪੈਰ ਵਾਲੀ, ਇਹ ਵਾਹਿਗੁਰੂ ਨੇ ਕਿਸੇ ਗੱਲੋਂ ਵੀ ਹੱਥ ਨਹੀਂ ਰੱਖਣ ਦਿੱਤਾ ਜੀ ਇਹ 'ਤੇ, ਹਾਂਜੀ, ਸਾਰੀਆਂ ਗੱਲਾਂ 'ਤੇ, ਕਿਉਂਕਿ ਬਾਈ ਜਿਹੜੇ ਭਰਾਵਾਂ ਨੇ ਆਪਾਂ ਤੋਂ ਘੋੜੀਆਂ ਮਿਲਾਉਣੀਆਂ ਉਹ ਤਾਂ ਵੀਰ ਆਪਾਂ ਤੋਂ ਘੋੜੀ ਮਿਲਾ ਕੇ ਚਲੇ ਜਾਣੇ, ਉਹਨਾਂ ਨੇ ਥੋੜ੍ਹੋ ਖੋਲ੍ਹ ਕੇ ਥੋੜ੍ਹੋ ਲੈ ਜਾਣਾ, ਉਹਨਾਂ ਦੇ ਘਰ ਬਾਈ ਜੀ ਉਹੀ ਕੁਛ ਉਹਨਾਂ ਦੇ ਬੱਚੇ 'ਚ ਆਉਣਾ ਜਿਹੜਾ ਕੁਛ ਇਹ 'ਚ ਆ। ਬਿਲਕੁਲ ਬਾਈ ਪ੍ਰਕਾਸ਼, ਇਹ ਫਿਰ ਮਾਂ ਇਹਦੀ ਕਿਹੜੀ ਲੈਣ ਦੀ ਆ? ਮਾਂ ਇਹਦੀ ਵੀਰੇ ਅੰਨ ਆਉਣਾ, ਆਪਾਂ ਨੂੰ ਪਤਾ ਨੀਗਾ। ਅੱਛਾ, ਆਪਾਂ ਇਹ ਖਰੀਦੀ ਸੀ ਇਹਨੂੰ ਕਰਮਾਂ ਵਾਲੀ ਨੂੰ, ਵਿਸਾਖੀ ਵਾਲੇ ਦਿਨ 4 ਸਾਲ ਹੋ ਜਾਣੇ ਆਪਣੇ ਕੋਲ, ਅਤੇ ਇਹ ਮੇਰੇ ਕੋਲ ਇਦੋਂ ਪਹਿਲਾਂ ਜਾਣੀ 5-6 ਮਹੀਨੇ ਪਹਿਲਾਂ 4 ਸੂਏ ਸੂ ਚੁੱਕੀ ਹੈ ਜੀ, ਹਰ ਸੂਏ ਸੂੰਦੀ ਹੈ, ਅਤੇ 4 ਸਾਲ ਇਹਨੂੰ ਵਿਸਾਖੀ 'ਤੇ ਆਪਾਂ ਭਗਤੇ ਤੋਂ ਲਈ ਸੀ, ਭਿੰਦਰਾ ਮੁੰਡਾ, ਉਹਨਾਂ ਨੇ ਬੜੇ ਮਾਣ ਪਿਆਰ ਨਾਲ ਆਪਾਂ ਨੂੰ ਦਿੱਤੀ ਸੀ, ਅਤੇ ਮੰਨ ਲਓ ਗੱਲ ਵੀ ਮਗਰੋਂ ਕਾਫੀ ਪੈਸੇ ਮੈਨੂੰ ਲੱਗਦੇ ਸੀ ਇਹਦੇ ਮਗਰ, ਬਸ਼ੇਰੀ ਸੀ ਉਦੇ ਜਿੱਦਾਂ ਆਪਾਂ ਲਈ ਆ 2 ਕੁ ਦਿਨਾਂ ਦੀ, ਠੀਕ ਹੈ ਬਾਈ, ਉਹ ਬਸ਼ੇਰੀ ਆਪਾਂ ਖੰਨੇ ਦੇ ਦਿੱਤੀ ਗੋਲੂ ਬਾਈ ਨੂੰ, ਉਹਦੀ ਵੀ ਹਾਈਟ ਬਾਈ 65-66 ਇੰਚ ਹੋਈ ਖੜੀ ਹੈ, ਉਹ ਆਪਣੇ ਇਸ ਗੋਲਡਨ ਹੱਟ ਤੋਂ 1 ਸੂਆ ਵੱਡੀ ਹੈ, ਠੀਕ ਹੈ ਬਾਈ, ਗੋਲਡਨ ਹੱਟ ਤੋਂ 1 ਸੂਆ ਛੋਟਾ ਜਿਹੜਾ ਬਸ਼ੇਰਾ ਉਹ ਬਾਈ ਮਿੰਟੂ ਨੂੰ ਦੇ ਦਿੱਤਾ ਆਪਾਂ ਜੀ। ਇਹ ਮੰਨ ਲਓ ਬਸ਼ੇਰਾ ਜਿਹੜਾ ਆਪਣਾ ਗੋਲਡਨ ਹੱਟ, ਇਹ ਦੂਜੇ ਸੂਏ ਦਾ ਆ ਗਿਆ? ਇਹ ਆਪਣੇ ਘਰ ਦੇ ਦੂਜੇ ਸੂਏ ਦਾ, ਘੋੜੀ ਮੇਰੀ 7ਵੇਂ ਸੂਏ ਹੈ ਜੀ, ਠੀਕ ਹੈ ਬਾਈ, ਹਾਂਜੀ। ਬਾਕੀ ਬਾਈ ਐਟੀਟਿਊਡ ਘੋੜੇ 'ਚ, ਹੁਣ ਕਈ ਘੋੜੇ ਹਾਈਟ ਹੁੰਦੀ ਆ ਪਰ ਗਾਂ ਨੂੰ ਖੜ ਜਾਂਦੇ ਆ, ਐਟੀਟਿਊਡ ਘੋੜੇ 'ਚ ਤਾਂ ਹੀ ਆਇਆ ਬਾਈ, ਘੋੜੀ ਹੁਣ ਸਾਡੀ 7ਵੇਂ ਸੂਏ ਸੂਪੀ ਹੈ, ਉਹਨੂੰ ਹਰ ਬੰਦਾ ਫੜ ਨਹੀਂ ਸਕਦਾ, ਦੇਖਣ ਨੂੰ ਵੀ ਨਹੀਂ ਆਪਾਂ ਦੱਸ ਸਕਦੇ ਵੀ ਇੰਨੇ ਸੂਏ, 7ਵੇਂ ਸੂਏ ਸੂਪੀ ਆ, ਅਤੇ ਮੰਨ ਲਓ ਗੱਲ ਅੰਦਰੋਂ ਉਹਨੇ ਐੱਲ ਜੀ ਦੇ ਰੌਂਦ ਵਾਂਗੂ ਨਿਕਲਣਾ, ਅਤੇ ਜੇ ਬੰਦਾ ਮੂਹਰੇ ਢਿੱਲਾ ਤਾਂ ਹੋ ਸਕਦਾ ਉੱਤੇ ਚੜ੍ਹ ਜੇ, ਮੰਨ ਲਓ ਗੱਲ ਵੀ ਇੰਨਾ ਉਹਦੇ ਵਿੱਚ ਅਗਰੈਸ਼ਨ ਵਾਲਾ, ਹਾਂਜੀ, ਮੰਨ ਲਓ ਗੱਲ ਵਾਹਿਗੁਰੂ ਦੀ ਕਿਰਪਾ, ਅਤੇ ਉਵੇਂ ਬੱਚਿਆਂ 'ਚ ਬਾਈ ਖੂਨ ਆਉਣਾ, ਹੈ ਨਾ, ਠੀਕ ਹੈ ਬਾਈ। ਅਤੇ ਇਦੂ ਬਾਅਦ ਗੋਲਡਨ ਹੱਟ ਤੋਂ ਬਾਅਦ ਜਿਹੜਾ ਸੂਆ ਆਇਆ ਸੀ ਘੋੜੀ ਦਾ, ਉਹ ਬਾਈ ਬਾਈ ਕਾਫੀ ਚਰਚਾ 'ਚ, ਹੈ ਨਾ, ਹਾਂਜੀ, ਉਹ ਜਵਾਲਾਮੁਖੀ ਦਾ ਬੱਚਾ, ਉਹ ਆਪਣੇ ਘਰ ਹੀ ਹੈ। ਨਹੀਂ ਨਹੀਂ ਬਾਈ, ਉਦੋਂ ਪਹਿਲਾਂ ਜਿਹੜਾ ਆਪਾਂ ਮਿੰਟੂ ਬਾਈ ਨੂੰ, ਹਾਂ, ਉਹ ਸੀਗਾ ਹੰਸ ਘੋੜੇ ਦਾ ਬੱਚਾ ਜੀ, ਬਹਿਬਲ ਵਾਲੇ ਦਾ, ਘੋੜੀ ਦਾ ਤਾਂ ਇਸੇ ਦਾ ਹੀ ਆ ਨਾ, ਇਸੇ ਘੋੜੀ ਦਾ ਨਾ ਬਾਈ, ਇਸੇ ਘੋੜੀ ਦਾ ਹੀ, ਇਸੇ ਘੋੜੀ ਨੇ ਆਪਣੇ ਘਰੇ 4 ਸੂਏ, 1 ਬਸ਼ੇਰੀ ਜਿਹੜੀ ਮੈਂ ਗੁਆਬਾਈ ਗੋਲੂ ਨੂੰ ਦਿੱਤੀ, 3 ਬਸ਼ੇਰੇ ਕਰਤੇ ਨੇ ਲਗਾਤਾਰ, ਠੀਕ ਹੈ, ਹਾਂਜੀ, 3 ਬਸ਼ੇਰੇ ਇਹਨੇ ਲਗਾਤਾਰ ਕਰਤੇ, 2 ਬਸ਼ੇਰੇ ਆਪਣੇ ਘਰੇ ਆ, 1 ਬਸ਼ੇਰਾ ਬਾਈ ਮਿੰਟੂ ਕੋਲ ਆ ਜੀ, ਠੀਕ ਹੈ, ਹਾਂ, ਉਹ ਵੀ ਬੱਚਾ ਹਲੇ ਮੇਰਾ ਖਿਆਲ 1.5 ਤੋਂ 2 ਸਾਲ ਦੇ ਵਿੱਚ ਜੇ ਆ, ਅਤੇ 64 ਇੰਚ ਹੋ ਗਿਆ ਕਹਿੰਦੇ, ਅਤੇ ਬਹੁਤ ਚੰਗਾ ਬੱਚਾ ਬਣਿਆ ਜੀ, ਉਹ ਕਾਫੀ ਉੱਚੀ ਕੀਮਤ ਵੀ ਬਾਈ ਨੂੰ ਲੱਗਦੀ ਸੀ, ਬਾਈ ਨੇ ਦਿੱਤਾ ਨੀਗਾ, ਠੀਕ ਹੈ। ਅਤੇ ਇਹ ਗੋਲਡਨ ਹੱਟ ਬਾਈ ਸਕੇਲ ਵਾਲੀ ਕਿੰਨੀ ਹਾਈਟ ਕਰ ਗਿਆ? ਐਵੇਂ ਕੋਈ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਜੀ ਤਾਂ ਨਾ ਕਰਿਓ, ਹੈ ਨਾ, ਇਹ ਗੋਲਾ ਦੂਰੋਂ ਵਾਲੀ ਆਸ ਲੈ ਕੇ ਆਉਂਦਾ, ਹੈ ਨਾ, ਹਾਂਜੀ, ਪ੍ਰੋਪਰ ਫੱਟੀ ਵਾਲੀ ਹਾਈਟ ਇਹਦੀ ਦੱਸੋ, ਜਿਹੜਾ ਬੰਦਾ ਕਹੇ ਯਾਰ ਵੀ ਵਾਕਈ ਗੱਲਬਾਤ ਠੀਕ ਹੈ। ਹਾਂਜੀ, ਇਹ ਨਾ ਬਾਈ ਗੱਲ ਆ ਵੀ ਇਹ ਆਪਾਂ ਨੂੰ ਆਦਤ ਨਹੀਂ ਗੀ, ਗੱਲ ਜਿੰਨੀ ਹੈਗੀ ਉਨੀ ਕਰਾਂਗੇ, ਅਤੇ ਮੈਂ ਇਹ ਸਰੋਤਿਆਂ ਨੂੰ ਵੀ ਕਹਿਣਾ ਚਾਹੁੰਦਾ ਜਿਹੜੇ ਕਹਿੰਦੇ ਇਕੱਲੀ ਇਕੱਲੀ ਘੋੜੀ ਪਾਲਦੇ ਆ, ਤੁਸੀਂ ਵੀਡੀਓ 'ਤੇ ਸੁਣ ਕੇ ਮੰਨ ਲਓ ਗੱਲ ਵੀ ਇਹ ਨਾ ਮੰਨਿਆ ਕਰੋ ਵੀ ਬਾਈ ਨੇ ਘੋੜਾ 66 ਇੰਚ ਕਹਿਤਾ ਤਾਂ 66 ਹੀ ਹੋਊਗਾ, ਪੱਕਾ ਮੰਨ ਲਿਆ, ਕਿਉਂਕਿ ਆਪਣੇ ਡਿਪਾਰਟਮੈਂਟ 'ਚ ਬਾਈ ਝੂਠ ਬਹੁਤ ਚੱਲਦਾ, ਹਾਂਜੀ ਹਾਂਜੀ, ਆਪਣਾ ਡਿਪਾਰਟਮੈਂਟ ਚੰਗਾ ਵੀ ਬਹੁਤ ਆ ਅਤੇ ਹਲਕਾ ਵੀ ਬਹੁਤ ਆ, ਅਤੇ ਮੰਨ ਲਓ ਗੱਲ ਵੀ ਲੋਕ 62-65 ਕਹੀ ਜਾਂਦੇ ਆ, ਮੈਂ ਚਾਹੁੰਦਾ ਵੀ ਸਾਡੇ ਘਰੇ ਆ ਕੇ ਘੋੜਾ ਮਿਣੋ, ਘੋੜੇ ਦੀ ਇਕੱਲੀ ਇਕੱਲੀ ਭੌਰੀ ਚੈੱਕ ਕਰੋ, ਦੰਦ ਚੈੱਕ ਕਰੋ, ਫਿਰ ਬਾਈ ਉਹ ਤੋਂ ਬਰੀਡਿੰਗ ਕਰਾਓ, ਚਾਹੇ ਕਿਸੇ ਤੋਂ ਵੀ ਤੁਸੀਂ ਘੋੜੀ ਮਿਲਾਉਣੇ ਆ। ਅਤੇ ਇਹਦੀ ਫੀਸ ਬਾਈ ਹੁਣ ਰੱਖਤੀ 15,000? ਇਹਦੀ ਬਾਈ ਹਾਂਜੀ 15,000 ਰੁਪਈਆ, ਕਿਉਂਕਿ ਹੁਣ 31,000 ਰੁਪਈਆ ਫੀਸ ਆ, ਅਤੇ ਬਾਕੀ ਤੁਸੀਂ ਮੈਨੂੰ ਪੁੱਛਿਆ ਸੀਗਾ ਵੀ ਇਹਦੀ ਹਾਈਟ ਕਿੰਨੀ ਹੈ, ਹਾਈਟ ਇਹਦੀ ਬਾਈ ਵਾਟਰ ਸਕੇਲ 65 ਇੰਚ ਆ, ਆਪਾਂ ਬੋਰਡ 'ਤੇ 66 ਇੰਚ ਲਿਖਿਆ, ਉਹ ਤਾਂ ਲਿਖਿਆ ਵੀ ਇਸ ਕੰਮ ਦੇ ਵਿੱਚ ਜੇ ਆਪਾਂ ਹੁਣ 65 ਲਿਖਦੇ ਹਾਂ ਤਾਂ ਲੋਕਾਂ ਨੇ ਜਿਹੜੇ ਬੰਦੇ ਵੀਡੀਓ ਦੇਖਣਗੇ ਉਹ ਕਹਿਣਗੇ ਯਾਰ ਐਂਚੀ ਦਾ ਝੂਠ ਤਾਂ ਹਰੇਕ ਹੀ ਮਾਰਦਾ, ਉਹ ਬੰਦੇ ਆਪ ਹੀ ਗੈਸ ਕਰ ਲੈਣਗੇ, ਉਹ ਆਪਣੇ ਘੋੜੇ ਨੂੰ ਐਂਚੀ ਛੋਟਾ ਕਰ ਦੇਣਗੇ, ਹੁਣ ਉਹ ਬੰਦੇ ਆਪ ਗੈਸ ਕਰਨਗੇ ਵੀ 66 ਲਿਖੀ ਹੈ ਅਤੇ 65 ਹੋਊਗਾ, ਤਾਂ ਮੰਡੀ 'ਤੇ ਆਪਾਂ ਬੋਰਡ 66 ਦਾ ਲਾਇਆ ਸੀ, ਵਾਟਰ ਸਕੇਲ ਆਪਣਾ ਮਸ਼ੀਰਾ ਮੰਨ ਲਓ ਗੱਲ ਵੀ 65 ਇੰਚ ਆ, ਬਾਕੀ ਤੁਸੀਂ ਵੀ ਘੋੜੀਆਂ ਦੇ ਪਾਰਖੂ ਆ, ਕੁਛ ਤੁਸੀਂ ਵੀ ਹੁਣ ਸਿੱਖ ਗਏ ਆ, ਹਾਂਜੀ ਬਾਈ, ਅਤੇ ਤੁਸੀਂ ਵੀ ਬਾਈ ਮੰਨ ਲਓ ਗੱਲ ਮੈਂ ਜਿਹੜਾ ਹੈਗਾ ਚਾਹੁੰਦਾ ਵੀ ਤੁਸੀਂ ਵੀ ਦੱਸੋ ਵੀ ਹੈਗਾ 65 ਇੰਚ, ਕਿ ਆਪਾਂ ਮੰਨ ਲਾ ਗੱਲ ਵੈਸੇ ਹੀ ਕਰੀ ਜਾਂਦੇ, ਹੈ ਨਾ, ਨਹੀਂ ਹੈਗਾ ਬਾਈ, ਮੈਂ ਤਾਂ ਦੇਖ ਲਿਆ ਸੀ, ਹਾਂਜੀ, ਪਰ ਮੈਂ ਤੁਹਾਡੇ ਮੂੰਹੋਂ ਵੀ ਕਹਾਉਣਾ ਚਾਹੁੰਦਾ ਸੀ, ਨਹੀਂ ਬਾਈ ਪ੍ਰਕਾਸ਼ ਆਪ ਕੀ ਦੱਸਦਾ, ਅਤੇ ਬਾਈ ਕਿਸਾਨ ਬੰਦਿਆਂ ਨੇ ਤਾਂ ਬੱਚਾ ਲੈਣਾ, ਅੱਜ ਕੱਲ੍ਹ ਪੈਸੇ 'ਤੇ ਖੜੀ ਆ ਬਾਈ, ਸ਼ੌਂਕ ਆਪਾਂ ਸ਼ੌਂਕ 'ਚ ਇਹ ਗੱਲ 'ਚ ਲੈਣ 'ਚ ਵੜ ਜਾਂਦੇ ਹਾਂ, ਮੁੜ ਕੇ ਖਰਚੇ ਜਦੋਂ ਬੰਦੇ ਦੇ ਹੁੰਦੇ ਆ, ਹਰ ਬੰਦੇ ਨੂੰ ਹੁੰਦਾ ਵੀ ਮੇਰਾ ਬੱਚਾ ਚੰਗੇ ਰੁਪਈਆਂ ਦਾ ਵਿਕੇ, ਠੀਕ ਹੈ ਬਾਈ, ਹੈ ਨਾ, ਜਦੋਂ ਖਰਚੇ ਹੁੰਦੇ ਆ, ਮੰਨ ਲਓ ਹਰੇਕ ਬੰਦਾ
ਗੱਲ ਪੈਸੇ ਦੀ ਮੁੱਕਦੀ ਹੈ ਬਈ, ਗੱਲ ਤਾਂ ਪੈਸੇ ਦੀ ਮੁੱਕਣੀ, ਗੱਲ ਰੁਪਈਆਂ ਤੇ ਮੁੱਕਣੀ। ਅਸੀਂ ਤਾਂ ਇੱਕ ਇਹੋ ਜਿਹੇ ਬੰਦੇ ਹਾਂ ਜੇ ਸਾਡੇ ਘਰੇ ਮੰਨ ਲਾ ਨੁਕਸ ਵਾਲੀ ਚੀਜ਼ ਆ ਤਾਂ ਸਾਨੂੰ ਹੁੰਦਾ, ਅਸੀਂ ਆਪ ਦੱਸ ਦਿੰਦੇ ਬੰਦਿਆਂ 'ਚ, ਤੈਨੂੰ ਵੀ ਪੰਜ ਚਾਰ ਗੱਲਾਂ ਦੱਸੀਆਂ ਵੀ ਇੱਥੇ ਇੱਥੇ ਅਸੀਂ ਗਲਤ ਹਾਂ ਬਈ। ਹਾਂ ਨਹੀਂ ਇਹ ਤਾਂ ਬਾਈ ਮੈਂ ਕੁਆਲਿਟੀ ਤੁਹਾਡੇ 'ਚ ਦੇਖੀ ਆ, ਪਹਿਲਾਂ ਵੀ ਆਪਣੀ ਗੱਲਬਾਤ ਫੋਨ 'ਤੇ ਹੁੰਦੀ ਰਹਿੰਦੀ ਆ ਜਾਂ ਇੱਕ ਦੋ ਵਾਰੀ ਆਏ ਵੀ ਆ, ਹੈ ਨਾ। ਹਾਂਜੀ ਹਾਂਜੀ ਹਾਂਜੀ, ਅਤੇ ਇਹ ਚੀਜ਼ ਨਾਲ ਮੈਂ ਤੁਹਾਡੇ ਨਾਲ ਐਗਰੀ ਹਾਂ। ਨਾਲੇ ਨਾ ਬੇਅੰਤ ਜਿਹੜੀ ਆਪਣੇ 'ਚ ਘਾਟ ਆ ਬੰਦੇ ਨੂੰ ਉਹ ਵੀ ਦੱਸਣੀ ਚਾਹੀਦੀ ਹੈ ਜਿਹੜੀ ਆਪਣੇ ਧਿਆਨ 'ਚ। ਨਾਲੇ ਨਾ ਬੇਅੰਤ ਗੱਲ ਲਿਓ ਹਾਂ, ਇਹ ਆਪਣੇ ਕੋਲ ਵਾਹਿਗੁਰੂ ਨੇ ਜਿੰਨਾ ਚਿਰ ਨੈਣ ਪਰੈਣ ਚੱਲਦੇ ਆ ਉਨਾ ਚਿਰ ਹੀ ਗੱਲ ਕਰਨ ਦਾ ਆਪਣੇ 'ਚ ਬਖਸ਼ਿਸ਼ ਉਹਦੇ ਕੋਈ ਆ, ਹੈ ਨਾ। ਅਤੇ ਇਹ ਹੁਣ ਆਪਣੇ ਕੋਲ ਮੰਨ ਲਓ ਗੱਲ ਲਗਾਵਾਂ ਆਈਆਂ, ਅਤੇ ਆਪਾਂ ਚਾਹੇ ਝੂਠ ਵੱਲ ਨੂੰ ਘੋੜਾ ਮੋੜ ਲਓ ਅਤੇ ਚਾਹੇ ਸੱਚ ਵੱਲ ਨੂੰ ਮੋੜ ਲਓ, ਇਹ ਤੁਹਾਡੇ ਹੱਥ 'ਚ, ਅਤੇ ਇਹ ਸਦਾ ਨਹੀਂ ਤੁਹਾਡੇ ਹੱਥ 'ਚ ਰਹਿਣਗੀਆਂ। ਇਹ ਨਹੀਂ ਗੱਲ ਵੀ ਸਦਾ ਤੁਹਾਨੂੰ ਦੁਨੀਆਂ ਫੋਲੋ ਕਰੂਗੀ, ਅਤੇ ਮੰਨ ਲਓ ਗੱਲ ਵੀ ਗੱਲ ਸਹੀ ਕਰਨੀ ਚਾਹੀਦੀ ਬਈ, ਹੈ ਨਾ, ਜਦੋਂ ਬੰਦੇ ਕੋਲ ਕੋਈ ਗੱਲ ਮੰਨ ਲਓ ਕਰਨ ਦਾ ਮੌਕਾ ਮਿਲਦਾ। ਸਹੀ ਆ ਬਾਈ। ਹਾਂਜੀ, ਅਤੇ ਪ੍ਰਕਾਸ਼ ਬਾਈ ਇਹ ਹੁਣ ਮਾਘੀ ਤੋਂ ਬਾਅਦ ਸਟਾਰਟ ਕੀਤਾ ਜਾਂ ਪਹਿਲਾਂ ਵੀ ਕੋਈ ਘੋੜੀਆਂ ਮਿਲਾ ਦੀਆਂ? ਨਹੀਂ ਪਹਿਲਾਂ ਵੀ ਮਿਲਾਈਆਂ ਬਾਈ, ਪਹਿਲਾਂ ਵੱਧ ਠੰਡ ਤੋਂ ਪਹਿਲਾਂ ਇਹ ਦੋ ਦੰਦ ਨਹੀਂ ਸੀ ਹੋਇਆ। ਹਾਂ, ਪਹਿਲਾਂ ਪੰਜ ਚਾਰ ਘੋੜੀਆਂ ਮਿਲਾਈਆਂ, ਅਤੇ ਮੰਨ ਲਓ ਗੱਲ ਵੀ ਉਦੋਂ ਬਾਅਦ ਫਿਰ ਦੋ ਦੰਦ ਹੋਏ, ਬਾਹਲੀ ਠੰਡ 'ਚ ਹੀ ਹੋਇਆ। ਅਤੇ ਹੁਣ ਬਾਈ ਜੀ ਮੰਨ ਲਓ ਗੱਲ ਸੁੱਖ ਨਾਲ ਵਾਹਿਗੁਰੂ ਦੀ ਕਿਰਪਾ, ਆਪਾਂ ਵੀਡੀਓ ਦਾ ਅੱਜ ਬਣਾਉਣ ਲੱਗੇ ਹਾਂ। ਮੇਲੇ ਦੇ ਘੋੜਾ ਬਹੁਤ ਪਸੰਦ ਕੀਤਾ ਮਿੱਤਰਾਂ ਨੇ, ਕਾਫੀ ਪੁਰਾਣੇ ਬੰਦਿਆਂ ਨੇ ਘੋੜਾ ਪਸੰਦ ਕੀਤਾ। ਹੁਣ ਅੱਜ ਹੀ ਘੋੜੀਆਂ ਇੱਕ ਤਾਂ ਧਰਮਕੋਟ ਤੋਂ ਘੋੜੀ ਆ ਰਹੀ ਹੈ, ਠੀਕ ਹੈ ਬਾਈ, ਸ਼ਾਮ ਨੂੰ ਪਹੁੰਚਜੂ। ਇੱਕ ਬਾਦਲ ਤੋਂ ਆ ਰਹੀ ਹੈ ਲੰਬੀ ਸਾਈਡ ਤੋਂ, ਇੱਕ ਸਾਡੇ ਮੋਗੇ ਤੋਂ ਚੜੈਕ ਤੋਂ ਸਾਡਾ ਵੀਰਾ ਭੋਲਾ ਉਹਦੀ ਸੁਭਾਅ ਆ ਰਹੀ ਹੈ, ਅਤੇ ਇੱਕ ਫੋਨ ਮੰਨ ਲਓ ਜੀਰੇ ਵੱਲੋਂ ਆਇਆ। ਚਾਰ ਘੋੜੀਆਂ ਦੇ ਫੋਨ ਅੱਜ ਦੇ ਤਕਰੀਬਨ ਰਾਤ ਦੇ ਹੀ ਆਏ, ਅਤੇ ਚਾਰ ਘੋੜੀਆਂ ਇੱਕ ਦੋ ਦਿਨਾਂ 'ਚ ਹੀ ਮਿਲਣੀਆਂ, ਠੀਕ ਹੈ। ਹਾਂਜੀ, ਮੰਨ ਲਓ ਫੱਗਣ ਚੜ੍ਹੇ ਕੱਸ ਪੂਰਾ ਪੈ ਜੂਗਾ ਜੀ, ਠੀਕ ਹੈ ਬਾਈ। ਅਤੇ ਇਹ ਤੋਂ ਬਿਨਾਂ ਬਾਈ ਹੋਰ ਕਿੰਨੇ ਕੁ ਜਾਨਵਰ ਰੱਖਿਆ ਫਾਰਮ 'ਤੇ? ਜਾਨਵਰ ਬਈ ਹੈਗੇ ਆ ਦੋ ਤਾਂ ਬਾਈ ਜੀ, ਪਹਿਲਾਂ ਸੂਆ ਸੂਈਆਂ ਸੀ ਵਿਛੇਰੀਆਂ, ਅਤੇ ਵਾਹਿਗੁਰੂ ਦੀ ਕਿਰਪਾ ਨਾਲ ਇੱਕ ਇਹਦੀ ਮਾਂ ਬਈ, ਤਿੰਨ ਘੋੜੀਆਂ, ਅਤੇ ਇੱਕ ਵਛੇਰਾ ਬੇਤਾ ਆਪਦਾ ਆਪਣੇ ਕੋਲ ਬਹੁਤ ਚੰਗਾ, ਉਹ ਡੇਢ ਸਾਲ ਦਾ ਹੋਇਆ, 62 ਇੰਚ ਹੋ ਗਿਆ ਜੀ। ਅੱਛਾ। ਹਾਂਜੀ, ਉਹ ਬੇਤਾ ਆਪਦਾ। ਇੱਕ ਵਛੇਰਾ ਜਵਾਲਾਮੁਖੀ ਦਾ ਜੀ, ਉਹ ਹੋ ਗਿਆ ਜੀ 4.5-4 ਮਹੀਨੇ ਦਾ, ਠੀਕ ਹੈ। ਉਹ ਇਸੇ ਘੋੜੇ ਦੀ ਮਾਂ ਮਗਰੀ ਹੈ, ਅਤੇ ਐਂ ਕਰਕੇ ਰਲਾ ਮਿਲਾ ਕੇ 6 ਜਾਨਵਰ ਆ ਟੋਟਲ ਜੀ ਹੁਣ, ਠੀਕ ਹੈ ਬਾਈ। ਹਾਂਜੀ, ਹੁਣ ਆਪਾਂ ਤਾਂ ਕਹਿੰਦੇ ਹਾਂ ਹਰੇਕ ਜਾਨਵਰ ਉਮਰ ਘਟਾਉਂਦਾ ਆਪਣੇ, ਮੰਨ ਲਓ ਗੱਲ ਵੀ ਜੇ ਵਛੇਰੀ ਮੇਰੇ ਕੋਲ 6 ਮਹੀਨੇ ਦੀ ਹੈ ਅਤੇ ਮੈਂ ਬਾਈ ਜੀ ਉਹਨੂੰ 4 ਦੀ ਕਹਿਣਾ, ਸਾਰੇ ਬੰਦੇ ਹੀ ਉਹਨੂੰ 2-2.5 ਮਹੀਨੇ ਉਹਨੂੰ ਛੋਟੀ ਕਰ ਦਿੰਦੇ ਆ, ਵੀ ਗਾਂ ਵਾਲੇ ਖਰੀਦਣ ਵਾਲੇ ਬੰਦੇ ਨੂੰ ਐਂ ਲੱਗੇ ਯਾਰ 4 ਮਹੀਨਿਆਂ ਨੂੰ ਵੀ ਏਡੀ ਹੈ। ਅਤੇ ਜਿਹੜੇ ਮਹਾਰਾਸ਼ਟਰ ਵਾਲੇ ਜਾਂ ਯੂਪੀ ਵਾਲੇ, ਮੈਂ ਨਾ ਜਾਂਦੇ ਵਾਸਤੇ ਰਹਿਣ, ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਬੰਦੇ ਆਪਾਂ ਤੋਂ ਮਾਲ ਟਰੱਕਾਂ ਦਾ ਟਰੱਕ ਭਰ ਕੇ ਮਾਘੀ ਤੋਂ ਲੈ ਕੇ ਜਾਂਦੇ ਆ, ਜਿਨ੍ਹਾਂ ਦੇ ਸਿਰ 'ਤੇ ਕੰਮ ਚੱਲ, ਜਿਨ੍ਹਾਂ ਦੇ ਸਿਰ 'ਤੇ ਬਾਈ ਆਪਾਂ ਘੋੜੀਆਂ ਸਵਾ ਰਹੇ ਹਾਂ, ਕਿਉਂਕਿ ਆਪਣੇ ਬੰਦਿਆਂ ਨੇ ਤਾਂ ਆਪਾਂ ਨੂੰ ਰੁਪਈਏ 5 ਲੱਖ ਵਾਲੀ ਦਾ 1.5 ਲੱਖ ਲਾਉਣਾ। ਹਾਂਜੀ ਬਾਈ, ਉਹਨਾਂ ਨੇ ਰੁਪਏ, ਉਹਨਾਂ ਨੇ ਨਾ ਤੁਹਾਨੂੰ ਉਮਰ ਪੁੱਛਣੀ ਆ, ਨਾ ਤੁਹਾਨੂੰ ਉਹਨਾਂ ਨੇ ਘੋੜਾ ਪੁੱਛਣਾ ਕਿਹੜੇ ਘੋੜੇ ਦੀ ਹੈ, ਨਾ ਤੁਹਾਨੂੰ ਬਾਈ ਜੀ ਉਹਨਾਂ ਨੇ ਆਪ ਜੱਜ ਕਰਨਾ ਜੱਜਮੈਂਟ ਜਿਹੜੀ ਭੌਰੀਆਂ ਸਹੀ ਆ। ਅਸੀਂ ਹੁਣ ਭੌਰੀਆਂ ਦੀ ਸਹੀ ਵਿਛੇਰੀ ਵੇਚ ਕੇ ਆਏ ਹਾਂ, ਨਿੱਕਾ ਆਪਦੇ ਹੱਥੀਂ ਵੇਚ ਕੇ ਆਇਆ, ਅਸੀਂ ਮੰਨ ਲਓ ਜਿੰਨੇ ਰੁਪਈਏ ਘਰੋਂ ਸੋਚ ਕੇ ਤੁਰੇ ਸੀ 1 ਲੱਖ ਰੁਪਈਆ ਵੱਧ ਵੱਟ ਕੇ ਲਿਆਏ। ਅੱਛਾ। ਹਾਂਜੀ, ਉਹਨਾਂ ਦੀ ਫੋਟੋ ਵੀ ਖਿੱਚੀ ਅਸੀਂ ਜਾਨਵਰ ਬੰਦਿਆਂ ਦੀ। ਮੰਨ ਲਓ ਜਿਹੜਾ ਜਾਨਵਰ ਭੌਰੀਆਂ ਦਾ ਸਹੀ ਹੈ, ਉਹਨਾਂ ਨੇ ਉਹ ਲੈਣਾ, ਤੁਹਾਡੀਆਂ ਗੱਲਾਂ 'ਚ ਨਹੀਂ ਉਲਝਣਾ, ਉਹ ਆਪਣੇ ਬੰਦੇ ਗੱਲਾਂ 'ਚ ਉਲਝਦੇ ਵੀ ਇੰਨੇ ਚਿਰ ਦਾ, ਇਹ ਇੰਨੇ ਚਿਰ ਦਾ। ਇੱਥੇ ਬਾਈ ਕੰਮ ਕਰਨਾ 100-5 ਬੰਦਿਆਂ ਨੂੰ ਹੀ ਆਉਂਦਾ, ਬਾਕੀ 95 ਤਾਂ ਖੂਹ 'ਚ ਹੀ ਡਿੱਗਦੇ ਆ। ਰਿਜ਼ਲਟ ਫਿਰ ਇਹਦਾ ਪਹਿਲਾਂ ਕਿੰਨੇ ਕੁ ਟਾਈਮ ਤੱਕ ਆਉਣਾ? ਰਿਜ਼ਲਟ ਇਹਦਾ ਬਈ ਬੇਅੰਤ ਆਜੂਗਾ, ਜੂਨ 'ਚ ਆਊਗਾ ਜੀ ਇਹਦਾ ਰਿਜ਼ਲਟ। ਅੱਛਾ। ਹਾਂ, ਜੂਨ 'ਚ ਆਊਗਾ, ਵਾਹਿਗੁਰੂ ਦੀ ਮਿਹਰ, 2 ਘੋੜੀਆਂ ਤਕਰੀਬਨ ਜੂਨ ਜੁਲਾਈ 'ਚ ਸੁਣਗੀਆਂ ਜੀ। ਅਤੇ ਬਹੁਤਾ ਮੰਨ ਲਓ ਗੱਲ ਵੀ ਆਪਾਂ ਜ਼ਿਆਦਾ ਰਿਜ਼ਲਟ ਦੇਖਣ ਨੂੰ ਮਿਲੂਗਾ ਆਪਾਂ ਨੂੰ, ਮੰਨ ਲਓ ਗੱਲ ਵੀ ਆਹ ਸੀਜ਼ਨ ਹੀ ਘੋੜੇ ਦਾ ਪਹਿਲਾਂ ਆਪਣੇ ਦਾ, ਕਿਉਂਕਿ ਬੱਚਾ ਹੀ ਹੈ ਹਲੇ ਬਈ, ਹੈ ਨਾ। ਪ੍ਰਕਾਸ਼ ਬਾਈ, ਇਹ ਤਾਂ ਹੋ ਗਈ ਆਪਣੇ ਵਾਲੇ ਜਾਨਵਰਾਂ ਦੀ ਗੱਲਬਾਤ, ਹੈ ਨਾ। ਬਾਕੀ ਜੇ ਤੁਹਾਡੇ ਆਸੇ ਪਾਸੇ ਦੇ ਪਿੰਡਾਂ ਦੀ ਗੱਲਬਾਤ ਕਰੀਏ, ਜਿੰਨਾ ਕੁ ਆਪਾਂ ਨਿਗਾਹ ਮਾਰੀਏ, ਜਾਂ ਐਂ ਕਹਿ ਲਓ ਵੀ ਆਪਾਂ ਮੋਗੇ ਜ਼ਿਲ੍ਹੇ ਦੀ ਗੱਲਬਾਤ ਹੀ ਕਰ ਲਈਏ, ਕਿਉਂਕਿ ਤੁਹਾਡਾ ਏਰੀਆ ਮੋਗਾ ਪੈਂਦਾ। ਹਾਂਜੀ, ਅਤੇ ਤੁਹਾਡੇ ਜ਼ਿਲ੍ਹੇ ਦੀ ਬਈ ਕੋਈ ਹੈਗੀ ਆ ਦੇਣ ਘੋੜਿਆਂ ਨੂੰ, ਜਾਂ ਕੋਈ ਪਿੱਛੇ ਤੁਸੀਂ ਝਾਤ ਮਾਰੋ, ਕੀ ਲੱਗਦਾ ਤੁਹਾਨੂੰ ਜ਼ਿਲ੍ਹੇ ਦੇ ਪੱਖ ਤੋਂ ਦੇਖੀਏ, ਜਾਂ ਆਪਾਂ ਘੋੜਿਆਂ ਨਾਲ ਸੰਬੰਧਿਤ ਕੋਈ ਗੱਲਬਾਤ ਜਿਹੜੀ ਤੁਹਾਨੂੰ ਲੱਗਦੀ ਹੋਵੇ ਵੀ ਯਾਰ ਆਹ ਦੇਣ ਆ ਸਾਡੀ ਘੋੜਿਆਂ ਨੂੰ ਮੋਗੇ ਜ਼ਿਲ੍ਹੇ ਦੀ? ਹਾਂਜੀ ਹਾਂਜੀ ਬੇਅੰਤ ਬਾਈ, ਦੇਣ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਵੀ ਦੇਣ ਬਹੁਤ ਵੱਡੀ, ਨੁਕਰਾ ਲੈਣ ਦੇ ਵਿੱਚ ਵੀ ਬਹੁਤ ਵੱਡੀ ਆ। ਅੱਛਾ। ਅਤੇ ਚਲੋ ਮਾਰਵਾੜੀ 'ਚ ਤਾਂ ਸਾਡੇ ਰਣੀਆਂ ਪਹਿਲੇ ਨੰਬਰ 'ਤੇ, ਰਣੀਆਂ ਸਨੀ ਦੇ ਬਾਈ ਦੇ ਘੋੜੇ ਚੱਲ ਹੀ ਰਹੇ ਆ। ਨੁਕਰਾ ਲੈਣ ਦੇ ਵਿੱਚ ਬਈ ਪਹਿਲਾਂ ਸਾਲੀਵਾਲ ਵਾਲਾ ਰਤਨ ਘੋੜਾ ਜਿਹੜਾ ਹੋਇਆ, ਸਾਲੀਵਾਲ ਤਾਂ ਹੈਗਾ ਸੰਘਰੀਆ 'ਚ, ਸਾਲੀਵਾਲ ਵਾਲਾ ਰਤਨ ਘੋੜਾ ਸਾਡੇ ਰਾਊਕੀ ਜੰਮਿਆ ਮੋਗੇ ਜ਼ਿਲ੍ਹੇ 'ਚ। ਅੱਛਾ। ਉਹ ਇੱਥੇ ਆਪਣੇ ਨੇੜੇ ਹੀ ਪਿੰਡ ਆ, ਹਰਜੀਤ ਸਿਉਂ ਅੰਕਲ ਦੇ ਘਰੇ ਜੰਮਿਆ ਉਹ।
ਇੱਥੋਂ ਗਿਆ ਸੀ ਐਂ ਬਾਈ, ਇੱਥੋਂ ਇਹਨਾਂ ਨੇ ਬੱਚਾ ਵੇਚਿਆ ਸੀ ਅਤੇ 20 ਘਰਾਣੇ ਉਦੋਂ ਘੋੜੀਆਂ ਰੱਖ ਲਈਆਂ ਸੀ, ਚੰਗੇ ਰੇਟ 'ਚ ਵਿਕਿਆ ਸੀ ਬੱਚਾ ਉਹ। ਅਤੇ ਅੰਕਲ ਜੀ ਦੱਸਦੇ ਹੁੰਦੇ ਵੀ ਸਾਡੇ 20 ਘਰਾਣੇ ਉਦੋਂ ਘੋੜੀਆਂ ਰੱਖੀਆਂ ਵੀ ਘੋੜੀਆਂ ਦੇ ਬੱਚੇ ਚੰਗੇ ਰੇਟ 'ਚ ਵਿਕੇ ਕਰਕੇ। ਅਤੇ ਰਤਨ ਸਾਹਲੀ ਵਾਲਾ ਬਾਈ ਇੱਥੇ ਜੰਮਿਆ ਰਾਊਕੀ, ਸਮੁੰਦਰ ਸਾਡੇ ਇੱਥੇ ਨਾਲ ਹੀ ਬੈਰੋ ਕੇ ਪਿੰਡ ਆ 2 ਕਿਲੋਮੀਟਰ ਦੇ, ਸਮੁੰਦਰ ਸਾਡੇ ਜੰਮਿਆ ਉਹ ਮਿੰਟੂ ਬਾਈ ਵਾਲਾ। ਉਦੋਂ ਬਾਅਦ ਆ ਗਿਆ ਬੇਤਾਬ ਬਾਈ ਜਸਪਾਲ ਵਾਲਾ, ਉਹ ਮੇਰੇ ਇੱਥੇ ਨਾਲ ਹੀ ਆਹ 5 ਕਿਲੋਮੀਟਰ ਦੇ ਮਾੜੀ ਮੁਸਤਫਾ, ਬਿਲਕੁਲ ਉੱਥੇ ਜੰਮਿਆ ਬਾਈ, ਹਲੇ ਵੀ ਮਾਂ ਖੜੀ ਆ ਉਹਦੀ। ਉਦੋਂ ਬਾਅਦ ਰੌਲੀ ਵਾਲਾ ਅਰਜਨ ਗੱਜਣ ਵਾਲੇ ਪਿੰਡ 'ਚ ਜੰਮਿਆ, ਉਹਦਾ ਜਿਹੜਾ ਮੇਨ ਓਨਰ ਸੀ ਉਹ ਸੁਸਾਈਡ ਕਰ ਗਿਆ ਸੀ, ਫਿਰ ਉੱਥੋਂ ਮਾਸਟਰ ਜੀ ਘੋੜਾ ਲੈ ਆਏ ਸੀ ਘੋਲੀ ਵਾਲੇ, ਅਤੇ ਘੋਲੀ ਵਾਲਿਆਂ ਤੋਂ ਰੌਲੀ 'ਚ ਲੈ ਗਿਆ ਸੀ ਅਤੇ ਰੌਲੀਓਂ ਫਿਰੋਜ਼ਸ਼ਾਹ 'ਚ ਲੈ ਗਿਆ, ਅਤੇ ਮੇਨ ਉਹਨਾਂ ਨੇ ਪਾਲਿਆ ਸੀ। ਉਹਦੀ ਮਾਂ ਵੀ ਅਸੀਂ ਦੇਖਦੇ ਰਹੇ ਹਾਂ, ਉਹਦੇ ਨਿੱਕੇ ਹੁੰਦੇ ਦੇ ਦਰਸ਼ਨ ਵੀ ਅਸੀਂ ਕੀਤੇ ਆ, ਅਤੇ ਉਹਦੀ ਮਾਂ ਵੀ ਕਈ ਵਾਰੀ ਦੇਖੀ ਹੈ। ਵੀ ਇਹ 4 ਘੋੜੇ ਇਹ ਮੋਗੇ ਜ਼ਿਲ੍ਹੇ ਹੀ ਦੇਣ ਆ ਬਾਈ, ਚਾਹੇ ਇੱਥੇ ਸਟੈਲੀਅਨ ਬਣ ਗਏ ਅਤੇ ਚਾਹੇ ਕੋਈ ਬੱਚਾ ਵਿਕ ਗਿਆ, ਪੈਦਾ ਮੋਗੇ ਨੇ ਕੀਤੇ, ਇਹ ਬਰੀਡ ਅਸੀਂ ਕੀਤੇ ਆ, ਅਸੀਂ ਮਾਣ ਨਾ ਕਹਿ ਸਕਦੇ ਹਾਂ ਇਹ ਗੱਲ। ਕਾਫੀ ਡੂੰਘੇ ਬੈਠੇ ਹੋਏ ਇਸ ਹਿਸਾਬ ਨਾਲ, ਠੀਕ, ਮਾੜੀ ਮੋਟੀ ਗੱਲ ਨਹੀਂ ਕੋਈ ਹੈ। ਨਹੀਂ ਬਾਈ, ਬਹੁਤ ਚਿਰ ਦੀ ਮੰਨ ਲਓ ਗੱਲ ਵੀ ਬਜ਼ੁਰਗਾਂ ਤੋਂ ਸਿੱਖੀ ਜਾਂਦੇ ਹਾਂ, ਦੇਖ ਰਹੇ ਹਾਂ, ਪਰਖੀ ਜਾਂਦੇ ਹਾਂ ਵੀ ਕਿਹੜੀ ਗੱਲ ਕਿਵੇਂ ਆ, ਹੈ ਨਾ। ਅਤੇ ਵੀ ਇਸ ਗੱਲ 'ਚ ਮੋਗੇ ਦੀ, ਅਤੇ ਬਾਕੀ ਮਾਰਵਾੜੀ 'ਚ ਤਾਂ ਬਾਈ ਸਾਰੀ ਆਲ ਇੰਡੀਆ ਹੁਣ ਜਿੱਥੋਂ ਤੱਕ ਸੜਕ ਜਾਂਦੀ ਉੱਥੇ ਰਣੀਏ ਆ ਹੀ ਰਹੀ ਹੈ ਘੋੜੀ। ਇਹ ਫਿਰ ਬਾਈ ਤੁਹਾਡੀ ਮੋਗੇ ਦੀ ਬਹੁਤ ਵੱਡੀ ਦੇਣ, ਮੰਨਣੀ ਪਊ। ਪ੍ਰਕਾਸ਼ ਬਾਈ, ਤੁਹਾਡਾ ਕੰਟੈਕਟ ਨੰਬਰ ਵੀ ਸ਼ੇਅਰ ਕਰ ਦਿਓ, ਅਤੇ ਸਟੱਡ ਸਰਵੇ ਜਿਹੜੇ ਵੀਰ ਭਰਾ ਲੈਣੀ ਚਾਹੁੰਦਾ ਹੋਏ ਜਾਂ ਕੋਈ ਘੋੜੇ ਬਾਰੇ ਗੱਲਬਾਤ ਪੁੱਛਣੀ ਹੋਈ ਤਾਂ ਤੁਹਾਨੂੰ ਕਾਲ ਕਰ ਲੈਣਗੇ। ਹਾਂਜੀ, ਕੰਟੈਕਟ ਨੰਬਰ ਵੀਰ ਇਹ 9968549410। ਅੱਛਾ ਹਾਂਜੀ, ਬਾਕੀ ਤੁਸੀਂ ਵਿੱਚ ਪਾ ਦਿਓ ਨੰਬਰ ਜੇ ਕੋਈ ਹੋਰ ਹੈਗਾ ਨਾਲ, ਕਿ ਇਹੀ ਪੱਕਾ ਚੱਲਦਾ ਤੁਹਾਡਾ? ਹਾਂ, ਨੰਬਰ ਇੱਕ ਮੰਨ ਲਾ ਗੱਲ ਵੀ 76963 ਅਤੇ 55931 ਇੱਕ ਕਾਰਟ ਵਾਲਾ ਬਈ ਨੰਬਰ। ਅੱਛਾ ਹਾਂਜੀ, ਠੀਕ ਹੈ। ਦੋਨੇ ਨੰਬਰ ਤੁਹਾਡੇ ਕੋਲ ਹੀ? ਦੋਨੇ ਨੰਬਰ ਸਾਡੇ ਕੋਲ ਹੀ। ਹਾਂਜੀ, ਠੀਕ ਠੀਕ ਹੈ ਬਾਈ, ਬਹੁਤ ਚੰਗਾ ਲੱਗਿਆ ਪ੍ਰਕਾਸ਼ ਬਾਈ ਗੱਲਬਾਤ ਕਰ। ਹਾਂਜੀ ਬਾਈ ਨਾਲ, ਹਾਂਜੀ ਬਾਈ, ਫਿਰ ਸਮਾਂ ਲੱਗਿਆ ਜਦੋਂ ਮੂਹਰੇ ਘੋੜੇ ਦੇ ਰਿਜ਼ਲਟ ਆਉਣਗੇ। ਹਾਂਜੀ ਬਾਈ, ਫਿਰ ਉਦੋਂ ਆਪਾਂ ਕੋਸ਼ਿਸ਼ ਕਰਾਂ ਵੀ ਰਿਜ਼ਲਟ ਵੀ ਦਿਖਾਏ ਜਾਣ ਘੋੜੇ ਦੇ। ਹਾਂਜੀ, ਨਿੱਕ ਧੰਨਵਾਦ ਵੀਰੇ। ਬਾਕੀ ਤੁਹਾਡਾ ਬਈ ਜਿਹੜਾ ਤੁਸੀਂ ਘੋੜੇ ਫਲਵਾਉਣੇ ਆ, ਯੂਟਿਊਬਰਾਂ ਦਾ ਸਾਰਿਆਂ ਦਾ ਹੀ ਧੰਨਵਾਦ ਆ ਬਈ। ਮੰਨ ਲਓ ਗੱਲ ਵੀ ਕਿੱਥੇ ਤਾਂ ਇਹ ਸਾਨੂੰ ਦਿੰਦੇ ਆ ਵੀ, ਮੰਨ ਲਓ ਗੱਲ ਜਦੋਂ ਅਸੀਂ ਪਸ਼ੂਆਂ ਦੇ ਵਿੱਚ ਆਵਾਂਗੇ ਸਾਨੂੰ ਪਤਾ ਵੀ ਮੇਰੇ ਕੋਲ ਘੋੜੀ ਹੈ ਜਾਂ ਘੋੜਾ। ਕਿੱਥੇ ਹੁਣ ਜਿੰਨੇ ਮੇਰੇ ਭੈਣ ਭਰਾ ਕੋਈ NRI ਆ ਸਾਰੇ ਵੀਰ, ਹੈ ਨਾ। ਹਾਂਜੀ ਹਾਂਜੀ ਬਾਈ, ਕਈ ਵੀਰ ਆਪਣੇ ਕੰਮ ਮਜਬੂਰੀ 'ਚ ਕਰਦੇ ਆ ਘਰਾਂ ਦਾ ਕਰਕੇ ਬਈ, ਰਹਿੰਦੇ ਬਾਹਰ ਆ, ਪਰ ਉਹਨਾਂ ਦੇ ਮਨ ਦਾ ਮੰਨ ਲਓ ਗੱਲ ਇੰਨਾ ਕੁ ਜ਼ਿਆਦਾ ਸ਼ੌਂਕ ਹੁੰਦਾ ਅਤੇ ਉਹਨਾਂ ਨੂੰ ਐਂ ਹੁੰਦਾ ਵੀ ਕਿਹੜੇ ਵੇਲੇ ਉੱਡ ਕੇ ਅਸੀਂ ਜਾ ਉੜੀਏ, ਅਤੇ ਇਹ ਉਹ ਸਾਰੇ ਭਰਾਵਾਂ ਦੇ ਵਿੱਚ ਬਈ ਉਹਨਾਂ ਦਾ ਮਨ ਖੁਸ਼ ਹੋ ਜਾਂਦਾ ਜਦੋਂ ਆਪਣੇ ਘੋੜੇ ਵੇਹਦੇ ਆ। ਅਤੇ ਇਹ ਤੁਸੀਂ ਬਈ ਜਿਹੜਾ ਸਾਰਿਆਂ ਨੂੰ ਦਰਸ਼ਨ ਮੇਲਾ ਕਰਾਉਂਦੇ ਆ ਸਾਰੇ ਕਾਹੇ ਦਾ, ਇਹ ਤੁਹਾਡੀ ਡਿਊਟੀ ਹੈ ਜਿਹੜੀ, ਇਹ ਵੀ ਬਹੁਤ ਬਈ ਵੱਡੀ ਆ, ਅਤੇ ਧੰਨਵਾਦ ਤੁਹਾਡਾ ਸਾਰੇ ਯੂਟਿਊਬਰਾਂ ਦਾ ਜੀ। ਧੰਨਵਾਦ, ਠੀਕ ਹੈ, ਸਤਿ ਸ਼੍ਰੀ ਅਕਾਲ।